ਸੰਦੀਪ ਹੌਲੀ ਸਕੂਟਰੀ ਨਾ ਭਾਂਦੀ। ਹਾਂਜੀ ਜਿਹੜਾ ਮੈਂ ਇੱਕ ਸੀਰੀਅਸ ਟੌਪਿਕ ਤੇ ਗੱਲ ਕਰਨ ਲੱਗਾ ਵਾਂ, ਸੋ ਇਹਦੇ ਵਿੱਚ ਥੋੜੀ ਜਿਹੀ ਮੇਰੀ ਲੈਂਗੁਏਜ ਚੇਂਜ ਹੋ ਸਕਦੀ ਹੈ, ਸੋ ਉਹਦੇ ਲਈ ਮੈਂ ਪਹਿਲੇ ਸੌਰੀ ਬੋਲਦਾ ਵਾਂ। ਆ ਵੀ ਇਹ ਗੱਲ ਮੰਨਣੀ ਹੈ ਜਿੱਦਾਂ ਕਿ ਉਹ ਆ ਕੇ ਲੱਗਣਾ ਹੈ। ਹਾਂ ਜਿੱਦਾਂ ਧਿਆਨ ਨਾਲ ਗੱਡੀ ਕਿੱਦਾਂ ਵਧੀਆ। ਮੈਂ ਰੈਡੀ ਹਾਂ, 8 ਵਜੇ ਦਾ ਟਾਈਮ ਦਿੱਤਾ ਸੀ, ਸੋ 10 ਮਿੰਟ ਰਹਿ ਗਿਆ, 8 ਵਜੇ ਚਾਹ ਰੈਡੀ। ਹੁਣ ਮੈਂ ਬੈਟਰ ਫੀਲ ਕਰਦੀ ਹਾਂ ਕੱਲ ਨਾਲੋਂ ਤਾਂ, ਤੇ ਮੈਨੂੰ ਦਵਾਈ ਨਾ ਫਰਕ ਪਿਆ ਵਾ, ਤੇ ਹੋਰ ਤਾਂ ਪਹਿਲਾਂ ਕੁਝ ਨਹੀਂ ਕੀਤਾ। ਅੱਜ ਸਾਡਾ ਹੈਗਾ ਅੰਮ੍ਰਿਤਸਰ ਦਾ ਪ੍ਰੋਗਰਾਮ। ਅੰਮ੍ਰਿਤਸਰ ਦਾ ਅੰਮ੍ਰਿਤਸਰ ਅੰਮ੍ਰਿਤਸਰ ਸੌਰੀ ਅੰਮ੍ਰਿਤਸਰ ਸਾਰੇ ਪੰਜਾਬੀ ਅੰਮ੍ਰਿਤਸਰ ਕਹਿਣ ਲੱਗੇ, ਬਟ ਐਕਚੁਅਲੀ ਚ ਅੰਮ੍ਰਿਤਸਰ ਆ। ਅੰਮ੍ਰਿਤਸਰ ਹਾਂਜੀ, ਅੰਮ੍ਰਿਤ ਮੀਨ ਕੇ ਸ਼ੁੱਧ, ਮਤਲਬ ਕਿ ਪਾਣੀ ਨਹੀਂ ਕਹਿ ਸਕਦੇ ਆ, ਬਟ ਸੋ ਅੱਜ ਹੈਗਾ ਸਾਡਾ ਉੱਥੋਂ ਦਾ ਪ੍ਰੋਗਰਾਮ, ਤੇ ਆਪਣੀ ਫੈਮਿਲੀ ਆ ਉੱਥੇ, ਉੱਥੇ ਜਾਣਾ ਪਹਿਲਾਂ ਆਪਾਂ, ਤੇ ਉਹਨਾਂ ਨੂੰ ਮਿਲ ਕੇ ਫਿਰ ਬਾਅਦ ਵਿੱਚ ਆਪਾਂ ਜਾਵਾਂਗੇ ਬੇਲੀ। ਅਸੀਂ ਕਾਫੀ ਜਾਣੇ ਹੋਣੇ ਆ, ਇੱਕ ਕਾਫੀ ਜਿਹੜੇ ਸਾਡੀ ਕਾਫੀ ਫੈਮਿਲੀ ਤਕਰੀਬਨ, ਮਮ ਡੈਡ ਨਹੀਂ ਜਾ ਰਹੇ ਕਿਉਂਕਿ ਅਸੀਂ ਥੱਕ ਜਾਵਾਂਗੇ, ਤੇ ਬਾਕੀ ਸਾਰੇ ਅਸੀਂ ਤਕਰੀਬਨ ਜਾ ਰਹੇ ਆ, ਬੱਚਾ ਪਾਰਟੀ ਉਧਰੋਂ ਪੁਰਾਣਾ ਸਾਡਾ ਸਭ ਅਸੀਂ ਜਾ ਰਹੇ ਆ। ਸ਼ਰਟਾਂ ਦੀ ਸਿਲੈਕਸ਼ਨ ਨਹੀਂ ਹੋ ਪਾ ਰਹੀ, ਆਹ ਤਾਂ ਮੈਚ ਹੋ ਗਿਆ। ਆਹੋ ਇਹਨੂੰ ਮੈਂ ਪ੍ਰੈਸ ਕਰਕੇ ਦਿੰਨੀ ਆ, ਆ ਪਈਆਂ ਦੋ ਸ਼ਰਟਾਂ। ਪਤਾ ਨਹੀਂ ਕੀ ਚੱਕਰ, ਉੱਥੇ ਮੇਰਾ ਥੋੜਾ ਸਾਈਜ਼ ਵੱਧ ਗਿਆ, ਢਿੱਡੀ ਦਾ ਸਾਈਜ਼ ਵੱਧ ਗਿਆ ਸੀ, ਇੱਥੇ ਆਣ ਕੇ ਘਟ ਗਿਆ, weight loss ਹੁੰਦਾ ਨਾ। ਆਹ ਕਲਰ ਸੋਹਣਾ ਸੀਗਾ ਉੱਥੇ ਲਿਆ ਸਾਈਜ਼, ਪਰ ਇਹ ਥੋੜਾ गर्मी है, नहीं वेदर बहुत वधिया वा। मैं भी रेडी हाँ, रोटी नहीं खानी, मैं भी रेडी हाँ। फाइनली मेरे आ गया, पर प्रेस करनी है हजे तो, पर फिर भी आ गया मेरे ते, सही है। मैं ता ही मैं बाहर जाके देखता वैदर किदा का, यह ना हो कि मैं फुल कमीज पा के बाहर जाके गर्मी लगे। नहीं नहीं भी सारे तो पहले मैं ही उठ नहीं मैं रेडी हुई, सब तो पहले उठ के डैडी मम्मी आ, सब तो पहले मैं। इधर मिलो जी, साडे वड्डा ताया जी, वड्डी ताई जी, शब्द इधर हो जा पुत, ओए शब्द शब्द हो जा इधर, बलजीत फाड़े हरविंदर फाड़े नू। संदीप हौली स्कूटरी ना भांदी, मैनू नहीं खुद पता, मैं मोटरसाइकिल तेरे कुछ नहीं होना, मैनू पता वा स्कूटरी बेचारी छिली जानी आ, मोरली ब्रेक मारिया भी नुकसान होना वा, हद बात नहीं। इंडिया इंडिया तो कहीं तो स्कूटरी नहीं चला पता। ए ले वापस आ जा, गली चढ़ बाहर, गली चढ़ बाहर, गली चढ़ बस निकल लगे हुण। ਹਾਂਜੀ ਜਿਹੜਾ ਮੈਂ ਇੱਕ ਸੀਰੀਅਸ ਟੌਪਿਕ ਤੇ ਗੱਲ ਕਰਨ ਲੱਗਾ ਵਾਂ, ਸੋ ਇਹਦੇ ਵਿੱਚ ਥੋੜ੍ਹੀ ਜਿਹੀ ਮੇਰੀ ਲੈਂਗੁਏਜ ਚੇਂਜ ਹੋ ਸਕਦੀ ਆ, ਸੋ ਉਹਦੇ ਲਈ ਮੈਂ ਪਹਿਲੇ ਸੌਰੀ ਬੋਲਦਾ ਵਾਂ ਕਿ ਮੈਂ ਸ਼ਬਦ ਵਰਤਣਾ ਨਹੀਂਗਾ, ਪਰ ਮੈਨੂੰ ਵਰਤਣਾ ਪੈ ਰਿਹਾ ਵਾ ਨਾ। ਅਸੀਂ ਜਿੱਦਾਂ ਵੀਡੀਓ ਬਣਾਉਂਦੇ ਹਾਂ, ਤੁਹਾਨੂੰ ਪਤਾ ਸਾਰਿਆਂ ਨੂੰ, ਇਹ 2-3 ਦਿਨ ਤੋਂ ਅਸੀਂ ਮਤਲਬ ਵਲੌਗ ਪਾ ਰਹੇ ਇੰਡੀਆ ਆਏ ਹੋਏ ਆ ਨਾ, ਮੇਰੀ ਵਾਈਫ ਦੇ ਉੱਤੇ ਕਮੈਂਟ ਆ ਰਿਹਾ, ਇਹ ਵੀਡੀਓ ਇਹ ਜਿਹੜਾ ਕਲਿੱਪ ਆ ਨਾ, ਇਹ ਕੋਸਟ ਬੰਦਿਆਂ ਲਈ ਆ, ਸਾਰਿਆਂ ਲਈ ਨਹੀਂਗਾ ਇਹ। ਉਹ ਕਮੈਂਟ ਕਰਦੇ ਆ ਕਿ ਤੁਸੀਂ ਬਾਹਰ ਰਹਿ ਕੇ ਤੁਸੀਂ ਸੂਟਾਂ ਦੇ ਵਿੱਚ ਵੀਡੀਓ ਮੇਰੀ ਵਾਈਫ ਬਣਾਉਂਦੇ ਆ, ਤੁਸੀਂ ਇੱਥੇ ਆਣ ਕੇ ਚੌੜ ਮਾਰਦੇ ਆ, ਫੁਕਰੀ ਮਾਰਦੇ ਆ, ਮਤਲਬ ਬਹੁਤ ਉਲਟਾ ਕਮੈਂਟ ਆਉਂਦੇ ਆ, ਅਸੀਂ ਡਿਲੀਟ ਕਰ ਦਈਦੇ ਆ ਨਾ, ਉਹ ਦੇਖਦੇ ਵੀ ਨਹੀਂ ਹੁਣੇ ਆਮ ਪਬਲਿਕ ਨੂੰ ਜ਼ਿਆਦਾ। ਉਹ ਮੈਂ ਉਹਨਾਂ ਨੂੰ ਇਹੀ ਗੱਲ ਕਹਿਣਾ ਚਾਹੁੰਦਾ ਵਾਂ, ਜੇ ਤੁਹਾਨੂੰ ਇੰਨਾ ਫਿਕਰ ਵਾ ਨਾ, ਸਾਡੀ ਛੱਡੋ, ਸਾਡੀਆਂ ਬੈਕ ਜਾ ਕੇ ਵੀਡੀਓ ਦੇਖ ਲਿਓ, ਅਸੀਂ ਕਿੱਦਾਂ ਦਾ ਕੀ ਬਣਾਉਂਦੇ ਹਾਂ ਅਤੇ ਕਿੱਦਾਂ ਬਣਾਉਂਦੇ ਹਾਂ, ਹੈ ਨਾ, ਬਹੁਤ ਧਿਆਨ ਰੱਖੀਦਾ ਸੀ। ਜੇ ਤੁਹਾਨੂੰ ਇੰਨਾ ਫਿਕਰ ਆ ਨਾ, ਜਿਹੜੀਆਂ ਇੱਥੇ ਪੰਜਾਬ ਦੇ ਵਿੱਚ ਰਹਿ ਕੇ ਵੀ ਆਪਣੇ ਪਾਸੇ ਦਿਖਾਉਂਦੀਆਂ ਵਾ, ਉਹਨਾਂ ਦਾ ਮੱਥਾ ਲਾਓ ਤੁਸੀਂ, ਉਹਨਾਂ ਦੇ ਕੰਟਰੋਲ ਕਰੋ, ਉਹਨਾਂ ਨੂੰ ਕਹੋ ਤੁਸੀਂ ਕਿ ਤੁਸੀਂ ਇਹ ਕੀ ਬਣਾਉਂਦੇ ਆ, ਜੇ ਫਿਰ ਤੁਹਾਨੂੰ ਜਵਾਬ ਮਿਲੂਗਾ ਉਹਨਾਂ ਮੂਹਰਿਓ, ਉਹ ਤੁਹਾਨੂੰ ਦੱਸਣਗੇ ਕਿ ਕਿੱਦਾਂ ਕਿਸੇ ਨੂੰ ਕੁਛ ਕਰੀਦਾ ਵਾ। ਬਾਕੀ ਅਸੀਂ ਵਕੇਸ਼ਨ ਤੇ ਆ, ਸੋ ਮੇਰੀ ਡਰੈਸ ਮੈਨੂੰ ਨਹੀਂ ਲੱਗਦਾ ਕਿ ਕੋਈ ਵਲਗਰਿਟੀ ਸੀ ਉਹਦੇ 'ਚ, ਸੋ ਤੁਹਾਨੂੰ ਲੱਗਦਾ ਵਾ, ਮਤਲਬ ਆਪਣੇ ਹੋਰ ਵੀ ਆਪਣੀ ਆਡੀਅੰਸ ਆ, ਤੁਸੀਂ ਦੱਸਿਓਗਾ ਜਿਹੜੀ ਇੱਕ ਡਰੈਸ ਦੇ ਵਿੱਚ ਰੀਲ ਬਣਾਈ ਸੀਗੀ ਉਹ ਕਿੱਦਾਂ ਸੀਗੀ, ਮਤਲਬ ਬੈਡ ਸੀ ਕੁਛ ਇੱਦਾਂ ਦਾ ਸੀਗਾ ਕੁਛ, ਉਹ ਡਰੈਸ ਸਾਰੀ ਨੋਰਮਲ ਸੀਗੀ। ਉਹ ਬਹੁਤ ਧਿਆਨ ਰੱਖੀਦਾ ਵਾ ਅਸੀਂ ਕਿ ਅਸੀਂ ਸਾਫ਼ ਸੁਥਰੀਆਂ ਵੀਡੀਓ ਬਣਾਈਏ, ਕਿਉਂਕਿ ਸਾਡੀ ਆਡੀਅੰਸ ਸਾਰੀ ਫੈਮਿਲੀ ਵਾਲੀ ਆ, ਅਸੀਂ ਇੱਦਾਂ ਦਾ ਕੁਛ ਨਹੀਂ, ਕਿਉਂਕਿ ਸਾਡੇ ਖੁਦ ਦੇ ਬੱਚੇ ਆ, ਆਪਣੇ ਬੱਚਿਆਂ ਨੂੰ ਵੀ ਇੱਦਾਂ ਟ੍ਰੇਨ ਕਰੀਦਾ ਵਾ ਕਿ ਜਦ ਆਪਣੇ ਬੱਚਿਆਂ ਨੂੰ ਟ੍ਰੇਨ ਕਰਦੇ ਅਸੀਂ ਦੂਜਿਆਂ ਦੇ ਬੱਚਿਆਂ ਨੂੰ ਥੋੜ੍ਹਾ ਕੁਛ ਰੌਕ ਦਿਖਾਉਣਾ ਵਾ। ਸੋ ਸੋਚਿਆ ਕਰੋ ਪਹਿਲਾਂ, ਐਂਡ ਦ ਲਾਸਟ ਥਿੰਗ, ਸਾਨੂੰ ਲੋੜ ਨਹੀਂ ਇਹ ਚੀਜ਼ ਦੀ ਸਫਾਈਆਂ ਦੇਣ ਦੀ, ਪਰ ਫਿਰ ਵੀ ਦੱਸ ਰਹੇ ਹਾਂ। ਹੁਣ ਅਮੈਰੀਕਾ ਤੋਂ ਇੱਥੇ ਆਏ ਹਾਂ ਰਾਈਟ, ਮੇਨ ਸੂਟ ਲੈ ਕੇ ਆਏ ਆ 2-4 ਇਹ ਆਪਣੇ ਪ੍ਰੋਗਰਾਮ ਵਾਸਤੇ,
ਬਾਕੀ ਇਹਨੇ ਇੱਥੋਂ ਬਣਾ ਕੇ ਲੈ ਕੇ ਜਾਣੇ ਆ ਕਿਉਂਕਿ ਮੋਸਟ ਸੂਟ ਇੰਡੀਆ ਦੇ ਬਣਦੇ ਆ ਰਾਈਟ ਬਾਕੀ ਉਹ ਰਾਈਟ ਤੇ ਬਣਾ ਕੇ ਨਹੀਂ ਦਿੰਦੇ ਸੋ ਸਾਡਾ ਮਾਈਂਡ ਥੋੜਾ ਖਰਾਬ ਆ ਕੇ ਉਹ ਕਹਿੰਦੇ ਭਾਈ ਮੈਂ ਉੱਥੋਂ ਚੱਕ ਕੇ ਆਉਂਗੀ ਫੇਰ ਇਧਰੋਂ ਨਵੇਂ ਲੈ ਕੇ ਜਾਊਂਗੀ ਸੋ ਵੇਟ ਵਾ ਲਿਮਿਟ ਚ ਆ ਸੋ ਪਲੀਜ਼ ਅਗੇਨ ਸੋ ਸੋਚਿਆ ਕਰੋ ਕਮੈਂਟ ਕਰਨ ਤੋਂ ਪਹਿਲਾਂ ਵੀ ਕੁਛ ਰੋਂਗ ਹੈਗਾ ਵਾ ਸੋ ਬਾਕੀ ਹਾਂਜੀ ਸੋ ਇਹ ਸਿਰਫ ਕੋਸਟਕ ਲੋਕਾਂ ਵਾਸਤੇ ਆ ਇਹ ਸਾਰਿਆਂ ਵਾਸਤੇ ਨਹੀਂ ਆ ਤੇ ਦੂਜਾ ਸੋਰੀ ਸਾਨੂੰ ਹੁਣ ਜਦੋਂ ਕਮੈਂਟ ਆਉਂਦੇ ਆ ਕਿ ਤੁਹਾਡਾ ਏਰੀਆ ਕਿਹੜਾ ਵਾ ਸਾਡਾ ਸ਼ਾਹਕੋਟ ਏਰੀਆ ਵਾ ਕਿਉਂਕਿ ਸਾਨੂੰ ਜਿੱਦਾਂ ਅਸੀਂ ਭੱਜ ਭਜਾਈ ਦੇ ਵਿੱਚ ਨਾ ਦਿਨ ਗਿਣਤੀ ਦੀ ਆ ਸਾਡੇ ਕੋਲ ਤੇ ਕਮੈਂਟ ਨਹੀਂ ਕਰ ਹੋ ਰਿਹਾ ਸਾਨੂੰ ਜਵਾਬ ਨਹੀਂ ਕਰ ਰਹੇ ਸੋਰੀ ਰਿਪਲਾਈ ਨਹੀਂ ਕਰ ਰਹੇ ਅਸੀਂ ਮੈਂ ਕਿਹਾ ਚਲਾਵੇ ਹਾਂ ਤੇ ਤੂੰ ਧਿਆਨ ਰੱਖਣਾ ਓਕੇ ਜੇ ਤੇ ਚੱਲਦਾ ਬ੍ਰੇਕ ਦੀ ਪੈ ਰੱਖ ਵੀ ਦੱਸ ਦੋ ਵੀ ਇਹਦੀ ਗੱਲ ਮੰਨਣੀ ਆ ਹਾਂ ਵੀ ਇਹਦੀ ਗੱਲ ਮੰਨਣੀ ਆ ਹਾਂ ਜਿੱਦਾਂ ਕਹੋ ਆ ਕੇ ਲੱਗਣਾ ਹਾਂ ਜਿੱਦਾਂ ਧਿਆਨ ਨਾਲ ਗੱਡੀ ਤੁਸੀਂ 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 ਤਿਆਰ ਰੱਖਿਓ ਮਗਰ ਮੇਰੀ ਕੌਣ ਮੰਨੂਗਾ ਫੇ ਮੇਰੇ ਆ ਚਕਾ ਮੰਮੀ ਨੇ ਗੱਲ ਕੀਤੀ ਸਿਆਣੀ ਦਾ ਮੰਮੀ ਡੈਡੀ ਹਾਂ ਨਹੀਂ ਆਪਾਂ ਏਦਾਂ ਕਰਦੇ ਅੱਗੇ ਆਈ ਥਿੰਕ ਵਲੈਦੀਆ ਕਿੱਦਾਂ ਅਮਰੀਕਾ ਵਾਲਿਓ ਕਿੱਦਾਂ ਕੀ ਹਾਲ ਚਾਲ ਅਮਰੀਕਾ ਵਾਲਿਓ ਹੈ ਅਮਰੀਕਾ ਵਾਲੇ ਦੇਖ ਲਓ ਭਾਜੀ ਕਿੱਦਾਂ ਭਾਜੀ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਭਾਬੀ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਕਿੱਦਾਂ ਠੀਕ ਠਾਕ ਸਤਿ ਸ਼੍ਰੀ ਅਕਾਲ ਓਏ ਬੁਗਰੂ ਕਿੱਦਾਂ ਮੇਰਾ ਬੁਗਰੂ ਓਏ ਕਿੱਦਾਂ ਬੁਗਰੂ ਕਿੱਦਾਂ ਬੁਗਰੂ ਕਿੱਦਾਂ ਅਸੀਂ ਕਿਹਾ ਦਵਾਈ ਲੈ ਲਈਏ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੁਸੀਂ ਸਾਨੂੰ ਘਰੇ ਸੱਦ ਕੇ ਤਾਂ ਆਪ ਦੇਖ ਲਓ ਹੈ ਕਿੱਦਾਂ ਕੀ ਹਾਲ ਚਾਲ ਠੀਕ ਠਾਕ ਹੋ ਤੁਸੀਂ ਪਛਾਣ ਨਹੀਂ ਹੁੰਦੇ ਹੁਣ ਟੋਪੀ ਦੇ ਨਾਲ ਉਹੀ ਮੈਂ ਗੱਲ ਕਰਦਾ ਤੁਸੀਂ ਪਛਾਣ ਨਹੀਂ ਹੋਣ ਦੇ ਬੈਠੇ ਬੈਠੇ ਬਸ ਦੇਖੋ ਕਿੰਨਾ ਵਧੀਆ ਵੈਦਰ ਆ ਬਾਹਰ ਇੱਥੇ ਫੋਟੋ ਸੋਹਣੀ ਆਊਗੀ ਸਾਰੇ ਸੋਚਦੇ ਹੋਣੇ ਕਿ ਵਾਕਈ ਦਵਾ ਲੈਣਾ ਆ ਅਸੀਂ ਦਵਾ ਨਹੀਂ ਲੈ ਰਹੇ ਸੀ ਉਹ ਭਾਜੀ ਹੁਣ ਅੱਛਾ 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 ਆ ਦੇਖ ਲਓ ਕਿਸੇ ਨੇ ਸੂਈ ਲਵਾਉਣੀ ਤਾਂ ਨਹੀਂ ਅਸੀਂ ਭਾਜੀ ਹੁਣਾਂ ਨੂੰ ਮਿਲਣ ਆਏ ਸੀਗੇ ਦਵਾ ਤਾਂ ਚਲੋ ਅਸੀਂ ਲਾਹਾ ਲੈ ਲਿਆ ਕਿ ਦਵਾ ਲੈ ਲਈਏ ਹੁਣ ਅਸੀਂ ਕਾਲੇ ਹੋਏ ਪਹਿਲਾਂ ਤੁਸੀਂ ਕਾਲੇ ਸੀਗੇ ਅੰਦਰ ਬਹਿਣਾ ਡਿੱਗੀ ਜੀ ਤਾਂ ਹੁਣ ਤੁਸੀਂ ਬਾਹਰ ਨਿਕਲਣ ਨੂੰ ਕਾਲੇ ਹੋਏ ਆ ਡਿੱਗੀ ਜੇ ਸੀ ਹੈ ਨੀ ਲਵਾਉਣੇ ਆ ਪੈਪ ਵਲੈਦੀਆ ਪਰੇ ਹੋ ਜਾ ਫੇਰ ਨਾ ਕਿ ਮੇਰੀ ਗੰਜ ਦਿਖਾਈ ਜਾਂਦਾ ਸੀ ਵੇਲੀ ਪਹੁੰਚ ਗਿਆ ਅੰਮ੍ਰਿਤਸਰ ਵਾਲੀ ਤੇ ਜਿਹਨਾਂ ਨੇ ਦੇਖੀ ਹੈ ਚਲੋ ਦੁਬਾਰਾ ਦੇਖ ਲਿਓ ਜਿਹਨੇ ਨਹੀਂ ਦੇਖੀ ਦੁਬਾਰਾ ਦਿਖਾਉਣੇ ਉਹਨਾਂ ਨੂੰ ਆਈ ਮੀਨ ਉਹਨਾਂ ਨੂੰ ਵੀ ਘੁੰਮਣ ਵਾਲੇ ਅਮਨ ਫ੍ਰੀ ਕਰਤੇ ਵੀ ਸਾਰਾ ਘੁੰਮਣ ਵਾਲੇ ਆ ਘੁੰਮੋ ਘੁੰਮੋ ਇੱਥੇ ਝਗੜਾ ਹੋ ਰਿਹਾ ਵੀ ਮੈਂ ਪੈਸੇ ਦੇਣੇ ਤੇ ਮੈਂ ਪੈਸੇ ਦੇਣੇ ਬਸ ਕਿੰਨਾ ਕਦੇ 250 ਕਿਦਾ ਬਸ ਉਹਦੇ ਨੂੰ 500 ਬਣਾ ਤੂੰ ਇਦਾਂ ਕਰ 2.5 ਲੱਖ ਦੇ ਸਹੀ ਆ ਰੈਡੀ ਸਿਰਤ ਚਲੋ ਚਮਟਾ ਚਲੋ ਹਜੇ ਵੀ ਚੱਲਦੇ ਵੱਜਦੇ ਆ ਜੇ ਅਸੀਂ ਨਾ ਅਸੀਂ ਨਾ ਰੋਕਦੇ ਫੇਰ ਰੈਪਰ ਹੋਣਾ ਸੀਗਾ ਤੁਹਾਡੇ ਪ੍ਰਾਹੁਣੇ ਨੇ ਰੈਪਰ ਹੋਣਾ ਸੀ ਫੇਰ ਇਹ ਸਕੂਲ ਟਾਈਮ ਕਹਿੰਦਾ ਹੁੰਦਾ ਮੈਂ ਸਿੰਗਿੰਗ ਕਰਨੀ ਆ ਇਹ ਸਿੰਗਿੰਗ ਦਾ ਬਹੁਤ ਸ਼ੌਂਕ ਸੀਗਾ ਮੁੰਡੇ ਨੂੰ ਥੈਂਕ ਯੂ ਵੀਰੇ
ਜਾਨਚੀ ਲਾਲ ਤੁਸੀਂ ਜਾਓ ਦੇਖੋ ਜੋ ਦੇਖਣਾ ਤੁਸੀਂ ਜਾਓ ਆਪਾਂ ਛੋਟੀਆਂ ਛੋਟੀਆਂ ਬਣਾਉਣੀ ਮੈਂ ਦਿੰਦੀ ਤਾਂ ਆਪਾਂ ਹਾਂ ਇੱਕ ਇਹ ਦੋ ਬਣेंगे ਆਪਕੇ ਸਾਹਮਣੇ ਨਜ਼ਰ ਮੇ ਆਏ ਤੋ ਬਤਾਨਾ ਚਲੋ ਦੋ ਹੋ ਜਾ ਪਰ ਅਭੀ ਇੱਕ ਚੈੱਕ ਕਰਾਏਗੇ ਦਵਾਲੇ ਜਾਂ ਸਿੰਗਲ ਜੁੜਾ ਹੋਆ ਤੋ ਨਹੀਂ ਸਿੰਗਲ ਹੈ ਕਿ ਦਵਾਲੇ एंजल कहती मैं तसल्ली करनी है दो बनेंगे सर सामने एक दो तीन मट्टी लगाएंगे तोड़ के दो बनाएंगे चलो जी बनाते दो भूख लगा के छोड़ दो हो खा गया पुत तू खा लिया तू तेरी टिड्डी च चल गया टिड्डी च चल गया कॉइन हां हुण आ गया आ गया ऐसा करो देखो कहां छुपा रखा है ये रे देख लो ओ ये दूसरी कला देखो दूसरी ਲੈ ਵੀ ਸੰਦੀਪ ਸੂਟ ਸਮਾਓ ਪੰਡਿਤ ਬੰਦ ਮੇਰੇ ਅੱਗੇ ਨਹੀਂ ਟਾਈਮ ਸਿਰ ਮਿਲਦੇ ਸੰਦੀਪ ਅਜੇ ਹੱਥ ਵੀ ਦਿਖਾਉਣਾ ਹੈ ਹੱਥ ਤੇ ਚੱਲ ਮੈਂ ਦੇਖ ਲੂੰਗਾ ਹਮਨ ਤੂੰ ਤੇ ਨਹੀਂ ਹੱਥ ਦਿਖਾਉਣਾ ਐਸ ਪੀ ਦੇਖੂਗਾ ਕਿਉਂ ਐਸ ਪੀ ਮੇਰਾ ਵਿਖਾ ਲੋ ਲਓ ਜੀ ਟੀਚਰ ਆ ਸੁਖਸ਼ਾਂਤ ਤੂੰ ਬੁਰਗਾ ਬਣਿਆ ਇੱਧਰ ਬੁੱਤੇ ਸੁਖਸ਼ਾਂਤ ਇੱਧਰ ਮੁਰਗਾ ਬਣਿਆ ਪੁੱਤ ਤੂੰ ਆ ਦੇਖ ਇੱਧਰ ਆ ਯਾਦ ਆਇਆ ਕੁਛ ਦੇਖ ਕੇ ਸਾਨੂੰ ਯਾਦ ਆਇਆ ਕੁਛ ਪਰ ਸਾਨੂੰ ਤੈਨੂੰ ਵਧੀਆ ਮੁਰਗਾ ਬਣਨਾ ਆਉਂਦਾ ਵਾ ਬਣ ਕੇ ਦਿਖਾਈ ਕੋਰੀ ਪੁੱਤ ਹੈ ਮਹਿੰਦਰ ਸਿੰਘ ਮੈਂਬਰ ਪੰਚਾਇਤ ਕਿੱਥੇ ਰਹਿ ਗਏ ਸਰਕਾਰਾਂ ਓਕੇ ਚਲੋ ਜੀ ਭਾਂਡੇ ਭੁੰਡੇ ਵੀ ਦੇਖ ਲੋ ਇੱਧਰ ਭਾਂਡੇ ਦੇਖ ਲੋ ਪੁੱਤ ਪਹਿਲੋ ਆਹ ਭਾਂਡੇ ਹੁੰਦੇ ਸੀ ਸੀਟ ਪੁੱਤ ਰੀਅਲ ਰੀਅਲ ਸਰੋਂ ਦੇ ਵਿੱਚ ਚੱਲ ਬੇਟੇ ਚੱਲ ਬੇੜਾ ਪੱਖੇ ਮੋਹਰੇ ਸਾਹ ਆ ਗਿਆ ਉਦਾਂ ਸੰਦੀਪ ਤੂੰ ਤਾਂ ਡਰਦੀ ਹੋਣੀ ਕਹਿੰਦੀ ਹੋਣੀ ਵਾਲ ਨਾ ਖਰਾਬ ਹੋ ਜਾਣਾ ਨਾ ਐਂਜਲ ਪੁੱਤ ਤੂੰ ਅੱਖਾਂ ਅੱਖਾਂ 'ਚ ਮਾਰ ਦੇਣੇ ਵਾਲ ਠੰਡਾ ਠੰਡਾ ਲਓ ਜੀ ਟਰੱਕ ਖੜਾ ਅੰਦਰ ਇੱਧਰ ਟਰੱਕ ਤੇ ਨਹੀਂ ਗੇੜੀ ਗੁੜੀ ਲਾਉਣੀ ਟਰੱਕ ਤੇ ਨਹੀਂ ਗੇੜੀ ਲਾਉਣੀ ਮੈਂ ਕਿਹਾ ਟਰੱਕ ਤੇ ਹੋ ਗਿਆ ਇੱਥੇ ਹੋ ਗਿਆ
20 25 ज्यादा नहीं करते लैंड बना लो। सच्ची तेनू सारा ही पता एस पी तेरी भैन सारा ही पता वे तेरी भैन सारा कुछ ही पता यार मेरी मेरी तो संदीप दी साइड वाली छड़ दियो फ्रेंच फ्राई करो ना तानू मैं सेवा सेवा हाउस सेवा उड़ाड़ा लास्ट वेट तो मेरा पुत कहता मेंबर बच्चे भज गए साढ़े दो न्याणे टिक नहीं दिंदे मैं स्पेशल रिकॉर्ड कर लगा वा मैं तुम कहते पहले खाली टेबल दिखाते फूड ना भरे दिखाए लगता तो डन ही पेट पूजा हो गई हाँ चलो जी हम चलते हैं नेक्स्ट स्पॉट के उत्ते रज रुज के हम दूजे था पहुंचाने चले हैं जलंधर वाली हवेली